कि हुण होवेगी गरम ख्यालियां दी गिरफ्तारी। एनआई ने गरम ख्यालियां दी तस्वीरां कीतियां सांझियां। मसला लंडन दे विच भारतीय हाई कमिशन दी भनतोड़ ते तरंगे दा अपमान। सत श्री अकाल जी, द टीवी एनआरआई वेख रहे सारे दर्शकों का निघा स्वागत है जी। खबर सामने आ रही है एनआईए तो दस दिए एनआईए यानी कि नैशनल इन्वेस्टिगेशन एजेंसी दे वल्लों एक ट्वीट साझा किया गया। तो ट्वीट दे विच एनआईए दे वल्लों कई तस्वीर साझिया की गई है। ये तस्वीर ने 45 लोगों दिया, ये वो लोग ने जिन्हों के वलों भारतीय हाई कमिशन लंडन दे विच भनतोड़ की गई सी। दस दिए कि 19 मार्च वाले दिन इन्होंने वलों तिरंगे का अपमान ਕੀਤਾ ਗਿਆ ਸੀ ਤੇ ਭਾਰਤੀ ਹਾਈ ਕਮਿਸ਼ਨ ਦੀ ਪੰਤੋੜ ਕੀਤੀ ਗਈ ਸੀ। ਉਸ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚਦੀ ਹੈ ਪਰ ਇਹ 45 ਲੋਕ ਜੋ ਹੈ ਉੱਥੋਂ ਫਰਾਰ ਹੋ ਜਾਂਦੇ। ਦੱਸਦੀ ਹੈ ਕਿ ਐਨਆਈਏ ਦੇ ਵੱਲੋਂ ਲੰਡਨ ਦੇ ਵਿੱਚ ਪਹੁੰਚ ਕੇ ਪੂਰੀ ਘਟਨਾ ਦਾ ਜਾਇਜ਼ਾ ਲਿਆ ਜਾਂਦਾ ਹੈ ਤੇ ਐਨਆਈਏ ਨੇ ਸੀਸੀਟੀਵੀ ਕੈਮਰਿਆਂ ਤੋਂ ਇਹ ਫੋਟੋਆਂ ਸਾਂਝਾ ਕੀਤੀਆਂ ਨੇ। ਜਿਹੜੇ ਲੋਕ ਖਿੜਕੀਆਂ 'ਤੇ ਚੜ੍ਹੇ ਸੀ, ਜਿਹੜੇ ਲੋਕਾਂ ਦੇ ਵੱਲੋਂ ਭੰਨਤੋੜ ਕੀਤੀ ਜਾ ਰਹੀ ਸੀ ਜਾਂ ਜਿਹੜੇ ਲੋਕਾਂ ਦੇ ਵੱਲੋਂ ਤਿਰੰਗੇ ਦਾ ਅਪਮਾਨ ਕੀਤਾ ਜਾ ਰਿਹਾ ਸੀ। ਉਸ ਤੋਂ ਬਾਅਦ ਐਨਆਈਏ ਦੇ ਵੱਲੋਂ ਆਪਣੇ ਅਧਿਕਾਰੀ ਟਵਿੱਟਰ ਹੈਂਡਲ ਉੱਤੇ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ। ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਦੱਸ ਦਈਏ ਕਿ ਐਨਆਈਏ ਨੇ ਵਟਸਐਪ ਨੰਬਰ ਜਾਰੀ ਕੀਤਾ ਹੈ ਜਿਸ ਦੇ ਵਿੱਚ ਐਨਆਈਏ ਦਾ ਕਹਿਣਾ ਹੈ ਕਿ ਜਿਹੜਾ ਵੀ ਵਿਅਕਤੀ ਇਹਨਾਂ ਦੀ ਜਾਣਕਾਰੀ ਸਾਂਝਾ ਕਰੇਗਾ ਉਹਨਾਂ ਦੀ ਸੂਚਨਾ ਜੋ ਹੈ ਗੁਪਤ ਰੱਖੇਗੀ। ਲਗਾਤਾਰ ਹੀ ਐਨਆਈਏ ਦੇ ਵੱਲੋਂ ਬਾਰ ਬਾਰ ਕਿਹਾ ਜਾ ਰਿਹਾ ਕਿ ਇਹਨਾਂ 45 ਲੋਕਾਂ ਦੀਆਂ ਜਾਣਕਾਰੀਆਂ ਦਿਓ ਕਿ ਕਿੱਥੋਂ ਦੇ ਰਹਿਣ ਵਾਲੇ ਆ, ਕੀ ਕੰਮ ਕਰਦੇ ਆ, ਕਿੱਥੇ ਰਹਿੰਦੇ ਆ, ਕਿ ਕਿੱਥੋਂ ਭਾਰਤ ਦੇ ਵਿੱਚ ਇਹਨਾਂ ਦਾ ਵਾਹ ਵਾਸਤਾ ਹੈ। ਉੱਥੇ ਹੀ ਲਗਾਤਾਰ ਹੀ ਐਨਆਈਏ ਦੇ ਵੱਲੋਂ ਇਹਨਾਂ 'ਤੇ ਕਾਰਵਾਈ ਕਰਨ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਇਹਨਾਂ ਦੇ ਜਾਣਕਾਰੀ ਐਨਆਈਏ ਦੇ ਵੱਲੋਂ ਰਿਕੁਐਸਟ ਕੀਤੀ ਜਾ ਰਹੀ ਹੈ। ਬਾਰ ਬਾਰ ਇੱਕ ਟਵੀਟ ਐਨਆਈਏ ਦੇ ਵੱਲੋਂ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਐਨਆਈਏ ਨੇ ਬਕਾਇਦਾ ਟਵੀਟ ਕੀਤਾ ਹੈ, ਰਿਕੁਐਸਟ ਕੀਤੀ ਹੈ ਕਿ ਇਹਨਾਂ ਸਾਰੀ ਗਰਮ ਖਿਆਲੀਆਂ ਦੀਆਂ ਜਿਹੜੀਆਂ ਜਾਣਕਾਰੀ ਸਾਂਝਾ ਕੀਤੀ ਜਾਵੇ। ਬਕਾਇਦਾ ਜੋ ਵਿਅਕਤੀ ਇਹਨਾਂ ਦੀ ਜਾਣਕਾਰੀ ਸਾਂਝਾ ਕਰੇਗਾ ਉਸ ਦੀ ਸੂਚਨਾ ਜੋ ਹੈ ਐਨਆਈਏ ਦੇ ਵੱਲੋਂ ਗੁਪਤ ਰੱਖੀ ਜਾਵੇਗੀ। ਲਗਾਤਾਰ ਹੀ ਤਸਵੀਰਾਂ ਜੋ ਹੈ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਵੀ ਹੋ ਰਹੀਆਂ ਨੇ। ਉੱਥੇ ਹੀ ਐਨਆਈਏ ਦੇ ਵੱਲੋਂ ਲਗਾਤਾਰ ਹੀ ਕਿਹਾ ਜਾ ਰਿਹਾ ਕਿ ਇਹਨਾਂ ਦੀ ਤਸਵੀਰਾਂ ਸਾਂਝੀਆਂ ਕੀਤੀਆਂ ਜਾਵੇ। ਉੱਥੇ ਦੱਸ ਦਈਏ ਕਿ ਐਨਆਈਏ ਦੀ ਟੀਮਾਂ ਲੰਡਨ ਪਹੁੰਚੀਆਂ ਸੀ, ਉਹਨਾਂ ਦੇ ਵੱਲੋਂ ਸੀਸੀਟੀਵੀ ਦੀਆਂ ਤਸਵੀਰਾਂ ਲਈਆਂ ਗਈਆਂ ਸੀ। 19 ਮਾਰਚ ਵਾਲੇ ਦਿਨ ਭਾਰਤੀ ਹਾਈ ਕਮਿਸ਼ਨ ਉੱਤੇ ਹਮਲਾ ਕੀਤਾ ਗਿਆ ਸੀ। ਹਮਲੇ ਦੇ ਬਾਅਦ ਵਿੱਚ ਭੀੜ ਦੇ ਵਿੱਚ ਇਹ 45 ਗਰਮ ਖਿਆਲੀ ਜੋ ਹੈ ਉਹ ਚਲੇ ਜਾਂਦੇ ਆ, ਗਾਇਬ ਹੋ ਜਾਂਦੇ। ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਘਟਨਾ ਦਾ ਜਾਇਜ਼ਾ ਲਿਆ ਜਾਂਦਾ ਹੈ। ਬਕਾਇਦਾ ਪੁਲਿਸ ਦਾ ਕਹਿਣਾ ਹੈ, ਬ੍ਰਿਟੇਨ ਪੁਲਿਸ ਦਾ ਕਹਿਣਾ ਹੈ ਕਿ ਜਦੋਂ ਇਹ ਘਟਨਾ ਵਾਪਰੀ ਸੀ ਉਸ ਤੋਂ ਬਾਅਦ ਮੌਕੇ ਦੇ ਅਧਿਕਾਰੀ ਪਹੁੰਚ ਗਏ ਸੀ। ਅਧਿਕਾਰੀਆਂ ਦੇ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉੱਥੇ ਹੀ ਬਕਾਇਦਾ ਭਾਰਤ ਤੋਂ ਐਨਆਈਏ ਦੀ ਟੀਮਾਂ ਲੰਡਨ ਵੀ ਪਹੁੰਚੀਆਂ ਸੀ। ਘਟਨਾਵਾਂ ਦੀਆਂ ਜਾਣਕਾਰੀ ਉਹਨਾਂ ਦੇ ਵੱਲੋਂ ਲਈ ਗਈ, ਸੂਚਨਾ ਇਕੱਠੀ ਕੀਤੀ ਜਾ ਰਹੀ ਹੈ। ਉਹਨਾਂ ਦੇ ਵੱਲੋਂ ਪੂਰੀ ਤਰ੍ਹਾਂ ਜਾਣਕਾਰੀ ਜੋ ਹੈ ਲਈ ਜਾ ਰਹੀ ਹੈ। ਉੱਥੇ ਹੁਣ ਐਨਆਈਏ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ, ਲੰਡਨ ਦੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜਿਹੜੇ ਵੀ ਇਹ ਲੋਕ ਨੇ ਉਹਨਾਂ ਦੀ ਜਾਣਕਾਰੀ ਸਾਂਝਾ ਕੀਤੀ ਜਾਵੇ ਕਿ ਇਹ ਲੋਕ ਕਿੱਥੋਂ ਦੇ ਰਹਿਣ ਵਾਲੇ ਆ, ਕਿਵੇਂ ਕੰਮ ਕਰਦੇ ਆ, ਕਿੱਥੇ ਕਿਸ ਤਰੀਕੇ ਨਾਲ ਪਹੁੰਚੇ, ਕੀ ਇਹਨਾਂ ਦਾ ਕੋਈ ਸੰਗਠਨ ਹੈ, ਕਿਵੇਂ ਇਹਨਾਂ ਨੇ ਇਹ ਪਲੈਨ ਬਣਾਇਆ ਸੀ, ਔਰ ਇਹਨਾਂ ਦਾ ਪਲੈਨ ਕੀ ਕਾਰਨ ਸੀ, ਇਹਨਾਂ ਦੇ ਵੱਲੋਂ ਕਿਉਂ ਇਸ ਤਰੀਕੇ ਦੇ ਨਾਲ ਭਾਰਤੀ ਤਿਰੰਗੇ ਦਾ ਅਪਮਾਨ ਕੀਤਾ ਗਿਆ। ਉੱਥੇ ਹੀ ਦੱਸ ਦਈਏ ਕਿ ਭਾਰਤ ਦੇ ਵੱਲੋਂ ਬ੍ਰਿਟੇਨ ਸਰਕਾਰ ਨੇ ਅੱਗੇ ਆਪਣਾ ਸਖਤ ਵਿਰੋਧ ਲਗਾਇਆ ਹੈ। ਭਾਰਤ ਦੇ ਵੱਲੋਂ ਕਾਰਵਾਈ ਦੀ ਮੰਗ ਕੀਤੀ ਗਈ ਹੈ। ਮੌਕੇ 'ਤੇ ਇਹ ਲੋਕ ਭੱਜ ਜਾਂਦੇ ਆ। ਦੱਸਦੀ ਹੈ ਕਿ ਐਨਆਈਏ ਦੇ ਵੱਲੋਂ ਇੱਕ ਵਟਸਐਪ ਨੰਬਰ ਵੀ ਜਾਰੀ ਕੀਤਾ ਜਾ ਰਿਹਾ ਹੈ ਕਿ ਇਸ ਨੰਬਰ 'ਤੇ ਕੋਈ ਵੀ ਵਿਅਕਤੀ ਗੁਪਤ ਸੂਚਨਾ ਦੇ ਸਕਦਾ ਹੈ। ਪੁਲਿਸ ਦੇ ਵੱਲੋਂ ਉਸ ਵਿਅਕਤੀ ਦੀ ਆਈਡੈਂਟੀ ਜੋ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਗੁਪਤ ਰੱਖੀ ਜਾਵੇਗੀ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਇਹ 45 ਤਸਵੀਰਾਂ ਨੇ। ਇਹਨਾਂ ਤਸਵੀਰਾਂ ਦੀ ਪੁਲਿਸ ਦੇ ਵੱਲੋਂ ਲਗਾਤਾਰ ਹੀ ਰਿਕੁਐਸਟ ਲੋਕਾਂ ਨੂੰ ਕੀਤੀ ਜਾ ਰਹੀ ਹੈ ਕਿ ਇਹਨਾਂ ਲੋਕਾਂ ਦੀਆਂ ਜਾਣਕਾਰੀਆਂ ਦਿਓ, ਗਰਮ ਖਿਆਲੀਆਂ ਦੀ ਜਾਣਕਾਰੀ ਆ, ਦੋ ਤਸਵੀਰਾਂ ਸਾਂਝੀਆਂ ਪੁਲਿਸ ਦੇ ਵੱਲੋਂ ਐਨਆਈਏ ਦੇ ਵੱਲੋਂ ਕੀਤੀ ਜਾ ਰਹੀ ਹੈ। ਬਕਾਇਦਾ ਪੁਲਿਸ ਵੀ ਬ੍ਰਿਟੇਨ ਦੇ ਵਿੱਚ ਇਸ ਪੂਰੇ ਮਾਮਲੇ ਨੂੰ ਲੈ ਕੇ ਉਲਝੀ ਹੋਈ ਹੈ। ਇਸ ਮਾਮਲੇ ਨੂੰ ਸੁਲਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹੈ। ਲਗਾਤਾਰ ਹੀ ਇਹਨਾਂ ਲੋਕਾਂ ਦੀਆਂ ਤਸਵੀਰਾਂ ਹਰ ਥਾਂ 'ਤੇ ਲਗਾਈਆਂ ਜਾ ਰਹੀਆਂ, ਐਨਆਈਏ ਦੇ ਵੱਲੋਂ ਸਾਂਝੀਆਂ ਕੀਤੀਆਂ ਜਾ ਰਹੀਆਂ। ਸੋਸ਼ਲ ਮੀਡੀਆ ਉੱਤੇ ਵੀ ਇਹਨਾਂ ਨੂੰ ਸਾਂਝਾ ਕੀਤਾ ਜਾ ਰਿਹਾ। ਟਵਿੱਟਰ, ਇੰਸਟਾਗ੍ਰਾਮ ਅਕਾਊਂਟ, ਫੇਸਬੁੱਕ 'ਤੇ ਇਹਨਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ। ਤਕਰੀਬਨ 45 ਲੋਕ ਹੈ, ਤਸਵੀਰਾਂ ਵੀ ਹੈ,
वीडियोस भी सोशल मीडिया से वायरल हो रही ने किस तरीके दे नाल भारतीय झंडे का तिरंगे का अपमान किया जा रहा है, तो कमिशन दिया भनतोड़ की जा रही है। तस्वीर थोड़िया टीवी स्क्रीन पर तुम दिखा रहे हैं, जानकारी दो, पहचान करो तो जानकारी दो इन गर्म ख्यालिया की। लगातार ही एन आई ए वालों रिक्वेस्ट जो की जा रही है। की तुसी हजे तक अपने दिन दी शुरुआत केमिकल नाल बनी हुई चाह तो कर रहे हो ते सारा दिन एसिडिक फील कर रहे हो? ना 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 ना, चाह नहीं छड़नी, बस प्लेनेट आयुर्वेदा दी अर्जुन टी पीनी है, ए तुहाडी सेहत दी है बेस्ट फ्रेंड। अब घर बैठे ऑनलाइन कंसल्टेशंस करें टॉप एमडी आयुर्वेदा स्पेशलिस्ट के साथ, इंडिया का बेस्ट ऑनलाइन आयुर्वेदिक क्लिनिक, और पाए सारी आयुर्वेदिक मेडिसिन की होम डिलीवरी वर्ल्ड वाइड। प्रॉब्लम कोई भी हो, सोल्यूशन सिर्फ एक, www.planetayurveda.com।